ਵਾਪਸ ਲੋ ਵਾਪਸ ਲੋ ਕਾਲੇ ਕਾਨੂੰਨ ਵਾਪਸ ਲੋ ਵਾਪਸ ਲੋ ਵਾਪਸ ਲੋ ਲੋਕ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜਿਨ੍ਹਾਂ ਦੇ ਪੁਰਖੇ ਇੱਥੇ ਰਹਿੰਦੇ ਰਹੇ ਆ ਉਹ ਆਪ ਅੱਜ ਇੱਥੇ ਵੀ ਨਹੀਂ ਵੀ ਜਨਮਿਆ ਜਿਨ੍ਹਾਂ ਦੇ ਪੁਰਖੇ ਇੱਥੋਂ ਦੇ ਹੈ ਉਹ ਇੱਥੇ ਦੀ ਨਾਗਰਿਕਤਾ ਹਾਸਲ ਕਰ ਸਕਦੇ ਕਹਿਣਾ ਚਾਹੀਦਾ ਹੈ ਕਿ ਜਿਹੜਾ ਪਾਰਟੀਸ਼ਨ ਹੈ ਇਸ ਦੇ ਪਿੱਛੇ ਵੀ ਹਿੰਦੂਵਾਦੀ ਡਿਜ਼ਾਈਨ ਕੰਮ ਕਰ ਰਿਹਾ ਸੀ ਸਰਦਾਰ ਪਟੇਲ ਇਹ ਚਾਹੁੰਦੇ ਸਨ ਕਿ ਮੈਂ ਲਿਆਕਤ ਵਾਲੀ ਨਾਲ ਕੰਮ ਨਹੀਂ ਕਰ ਸਕਦਾ ਇਹਨਾਂ ਦੇ ਨਾਲ ਕੋਈ ਇਸ ਕਿਸਮ ਦੀ ਸਰਕਾਰ ਬਣਾਉਣ ਵਿੱਚ ਅਸੀਂ ਅੱਗੇ ਨਹੀਂ ਜਾ ਸਕਦੇ ਜਿਸ ਵਿੱਚ ਹਿੰਦੂ ਅਤੇ ਮੁਸਲਮਾਨ ਰਲ ਕੇ ਵਰਨਿੰਗ ਕਰ ਰਹੇ ਸਨ ਇਸ ਕਿਸਮ ਦੀਆਂ ਬਹੁਤ ਸਾਰੀਆਂ ਕੰਟਰਡਿਕਸ਼ਨ ਉਸ ਵੇਲੇ ਉੱਭਰ ਕੇ ਆ ਰਹੀਆਂ ਸਨ ਜਿਸ ਵਿੱਚੋਂ ਲਗਾਤਾਰ ਅੰਗਰੇਜ਼ਾਂ ਦੇ ਆਉਣ ਤੋਂ ਲੈ ਕੇ ਜਿਸ ਕਿਸਮ ਦਾ ਮੁਸਲਮਾਨਾਂ ਦਾ ਵਿਰੋਧ ਹੁੰਦਾ ਰਿਹਾ ਮੁਸਲਮਾਨਾਂ ਨੂੰ ਆਈਡੀਓਲੋਜੀਕਲੀ ਵੱਖਰਾ ਕੀਤਾ ਜਾਂਦਾ ਰਿਹਾ ਮੁਸਲਮਾਨਾਂ ਨੂੰ ਮਲੇਛ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਰਿਹਾ ਮੁਸਲਮਾਨ ਸਾਡੇ ਸ਼ੂਦਰਾਂ ਅਤੇ ਅਛੂਤਾਂ ਤੋਂ ਵੀ ਵੱਧ ਕੇ ਲੁਤਕਾਰੇ ਜਾਂਦੇ ਰਹੇ ਇਹ ਮੁਸਲਮਾਨ ਦਾ ਪੂਰਾ ਸੈਗਮੈਂਟ ਇਹ ਭਾਰਤ ਸਰਕਾਰ ਰਾਸ਼ਟਰਵਾਦ ਹੀ ਚਾਹੁੰਦਾ ਸੀ ਕਿ ਇਹਨਾਂ ਨੂੰ ਇਹਨਾਂ ਦਾ ਐਕਸੋਡਸ ਹੋਵੇ